ਰਾਹੁਲ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਗੱਲ ਤੇ ਕੀਤਾ ਗਿਆ ਕਿ ਉਸਨੇ ਉਸ ਵੇਲੇ ਜੋ ਤਤੇ ਭਾਸ਼ਣ ਦਿੱਤੇ ਸੀਗੇ ਪਰ ਮੈਂ ਕਿਹੜੇ ਦਿਨ ਦੀ ਗੱਲ ਕਰ ਰਿਹਾ ਮੈਂ ਉਸ ਦਿਨ ਦੀ ਗੱਲ ਕਰ ਰਿਹਾ ਜਿਸ ਦਿਨ ਸੁਦੀਰ ਸੁਰੀ ਦਾ ਕਤਲ ਹੁੰਦਾ ਕਾਨ ਬੈਂਟ ਲਾਈਟ ਨਹੀਂ ਕੀਤੀ ਉਹਦੀ ਇੰਟੈਂਸ਼ਨ ਇਹ ਸੀ ਉਹ ਦੋਵੇਂ ਭਰਾਵਾਂ ਨੂੰ ਜੁੰਤੇ ਸਾੜਨਾ ਚਾਹੁੰਦੇ ਸੀ ਜੋ ਉਹਨੇ ਔਨ ਰਿਕਾਰਡ ਆ ਕੇ ਮੀਡੀਆ ਦੇ ਸਾਹਮਣੇ ਉਹ ਗੱਲ ਕਹੀ ਕਿ ਸਾੜਾਂਗੇ ਉਹੀ ਉਹ ਕਰਨਾ ਚਾਹੁੰਦੇ ਸੀ ਇਸ ਕਰਕੇ ਉਹ ਦੁਕਾਨ ਦੇ ਵਿੱਚੋਂ ਵੜ ਕੇ कोरोना ਨੇ ਵੈਂਟਲਾਈਜ਼ ਕਰਤੀ ਤੁਹਾਨੂੰ ਲੱਗਦਾ ਕਿ ਪਿੱਛੋਂ ਇਹਨਾਂ ਨੂੰ ਕੋਈ ਡਾਇਰੈਕਸ਼ਨ ਸੀਗੀ ਕਿਸੇ ਦੀ ਖਾਸ ਬੰਦੇ ਦੀ ਜੋ ਅਸੀਂ ਵੀ ਪ੍ਰੋਵੋਕੇਟਿਵ ਉਹਦੀ ਵੀਡੀਓ ਵਾਇਰਲ ਹੁੰਦੀ ਏ ਵੱਡੇ ਲੈਵਲ ਤੇ ਉਦੋਂ ਚ ਉਹਨੇ ਇਹ ਸ਼ਬਦ ਨਹੀਂ ਵਰਤਿਆ ਵੀ ਘਰੋਂ ਸਿੱਖ ਕੱਢ-ਕੱਢ ਕੇ ਕੱਲੇ ਮਾਰਨੇ ਨੇ ਉਹ ਕਹਿੰਦਾ ਘਰੋਂ ਕੱਢ-ਕੱਢ ਕੇ ਸਾੜਨੇ ਸੋਦੀ ਇੰਟੈਂਸ਼ਨ ਤੇ ਮੋਟਿਵ ਕਲੀਅਰ ਸੀ ਪਤਾ ਸੀ ਵੀ ਉਹਦੇ ਦੋਵੇਂ ਭਰਾ ਮਲਤੀਬ ਤੇ ਹਰਦੀਪ ਅੰਦਰ ਨੇ ਉਹਦੀ ਇੰਟੈਂਸ਼ਨ ਇਹ ਸੀ ਉਹਦੇ ਦੋਵੇਂ ਭਰਾਵਾਂ ਨੂੰ ਜੁੰਦੇ ਸਾੜਨਾ ਚਾਹੁੰਦਾ ਇੱਕ ਮੁੰਡਾ ਰਾਹੁਲ ਨਾਮ ਦਾ ਉਹਨੇ ਮੀਡੀਆ ਦੇ ਵਿੱਚ ਸ਼ਰੀਆਮ ਆ ਕੇ ਗੱਲ ਕਹੀ ਸੀਗੀ ਕਿ ਅਸੀਂ ਸਿੱਖਾਂ ਨੂੰ ਘਰੋਂ ਕੱਢ-ਕੱਢ ਕੇ ਮਾਰਾਂਗੇ ਔਰ ਐਸ ਐਫ ਆਈ ਆਰ ਦੇ ਵਿੱਚ ਉਸ ਗੱਲ ਦਾ ਜ਼ਿਕਰ ਹੈ ਤੇ ਉਹਨਾਂ ਨੂੰ ਜਾਣ ਹੋ ਚੁੱਕੇ ਕਲੇਵਰਲੀ ਮੈਲਾਫਾਈਡਲੀ ਉਹਨੇ ਫਿਰ ਇੱਕ ਵੀਡੀਓ ਪਾਈ ਜਿੱਦੋਂ ਚ ਉਹਨੇ ਪਾਲਿਸੀ ਮੰਗੀ ਜਿਹੜੀ ਦੁਕਾਨ ਨੂੰ ਸੜਫੂ ਕੀਤਾ ਡੈਮੇਜ ਕੀਤਾ ਸੀ 7 11 ਨੂੰ ਉਹਦੇ ਵਿੱਚ ਅਸੀਂ ਦਿਖਾਇਆ ਕਿ ਆਹ ਦੇਖੋ ਜੀ ਰਾਹੁਲਰਾ ਨੇ ਜਦੋਂ ਉਹ ਵਿੱਚੋਂ ਤੇਲ ਕੱਢਿਆ 6-7 ਬੰਦੇ ਨੇ ਪੁਲਿਸ ਨੇ ਲੋਕੇ ਜੀ ਉਹਦੇ ਚ ਵੀ ਇਹਨਾਂ ਨੂੰ ਨਾਮਜ਼ਦ ਕਰਤਾ ਜਿਹੜਾ ਕਾਨੂੰਨ ਹੈ ਇੰਡੀਆ ਦਾ ਕਾਨੂੰਨ ਉਹ ਅਸੀਂ ਪੜਿਆ ਹੈ ਉਹਦੇ ਚ ਕਿਤੇ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੋਈ ਪਾਰਸ਼ੀਅਲਿਟੀ ਨਹੀਂ ਹੈਗੀ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਉਹਦੇ ਨਾਲ ਕਿੰਨੇ ਵਿਅਕਤੀ ਸੀ ਕੀ ਸਾਜ਼ਿਸ਼ ਕੋਣ-ਕੋਣ ਸੀ ਹਥਿਆਰ ਕਿੱਥੇ ਨੇ ਮਾਚਸ ਦੀ ਡੱਬੀ ਕਿੱਥੇ ਹੈ ਤੁਹਾਨੂੰ ਉਹ ਦਿਨ ਯਾਦ ਹੋਏਗਾ ਉਸ ਦਿਨ ਦੀ ਕੌਂਟਰੋਵਰਸੀਆਂ ਤੁਹਾਨੂੰ ਯਾਦ ਹੋਣਗੀਆਂ ਉਸ ਦਿਨ ਦੇ ਤੱਤੇ ਭਾਸ਼ਣ ਤੁਹਾਨੂੰ ਯਾਦ ਹੋਣਗੇ ਜਿਸ ਦਿਨ ਸੁਧੀਰ ਸੂਰੀ ਦਾ ਕਤਲ ਹੁੰਦਾ ਹੈ ਮਿਸਾਲ ਮਿਸਾਲ ਕਾਇਮ ਕਰਨੀ ਬਹੁਤ ਜ਼ਰੂਰੀ ਸੀ ਸਮਾਜਿਕ ਪੱਧਰ ਦੇ ਉੱਤੇ ਵੀ ਔਰ ਇਹ ਦੱਸਣਾ ਵੀ ਬੜਾ ਜ਼ਰੂਰੀ ਸੀ ਕਿ ਹਾਲੇ ਕਾਨੂੰਨ ਜ਼ਿੰਦਾ ਹੈ ਇੱਕ ਤਬਕਾ ਨੂੰ ਚੱਕਣਾ ਇੱਕ ਨੂੰ ਥੱਲੇ ਸੁੱਟ ਦੇਣਾ ਇਹ ਗਲਤ ਸਿਆਸਤ ਹੈ ਔਰ ਇਹਦੇ ਨਾਲ ਸਮਾਜ ਦੇ ਵਿੱਚ ਵਖਰੇਵੇਂ ਪੈਦਾ ਹੁੰਦੇ ਨੇ ਤੁਹਾਨੂੰ ਉਹ ਦਿਨ ਯਾਦ ਹੋਏਗਾ ਉਸ ਦਿਨ ਦੀ ਕੌਂਟਰੋਵਰਸੀਆਂ ਤੁਹਾਨੂੰ ਯਾਦ ਹੋਣਗੀਆਂ ਉਸ ਦਿਨ ਦੇ ਤੱਤੇ ਭਾਸ਼ਣ ਤੁਹਾਨੂੰ ਯਾਦ ਹੋਣਗੇ ਉਸ ਦਿਨ ਦੀਆਂ ਐਗਰੈਸਿਵ ਸਟੇਟਮੈਂਟਸ ਜਿਹੜੀਆਂ ਦਿੱਤੀਆਂ ਗਈਆਂ ਸਿਗੀਆਂ ਉਹ ਵੀ ਯਾਦ ਹੋਣਗੀਆਂ ਪਰ ਮੈਂ ਕਿਹੜੇ ਦਿਨ ਦੀ ਗੱਲ ਕਰ ਰਿਹਾ ਮੈਂ ਉਸ ਦਿਨ ਦੀ ਗੱਲ ਕਰ ਰਿਹਾ ਜਿਸ ਦਿਨ ਸੁਧੀਰ ਸੂਰੀ ਦਾ ਕਤਲ ਹੁੰਦਾ ਇੱਕ ਮੁੰਡਾ ਰਾਹੁਲ ਨਾਮ ਦਾ ਉਹਨੇ ਮੀਡੀਆ ਦੇ ਵਿੱਚ ਸ਼ਰੀਆਮ ਆ ਕੇ ਇਹ ਗੱਲ ਕਹੀ ਸੀਗੀ ਕਿ ਅਸੀਂ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਮਾਰਾਂਗੇ ਔਰ ਐਸ ਐਫ ਆਈ ਆਰ ਦੇ ਵਿੱਚ ਉਸ ਗੱਲ ਦਾ ਜ਼ਿਕਰ ਹੈ ਬਾਅਦ ਦੇ ਵਿੱਚ ਮੀਡੀਆ ਦੇ ਸਾਹਮਣੇ ਆ ਕੇ ਉਸਨੇ ਮਾਫੀਆਂ ਵੀ ਮੰਗੀਆਂ ਲੇਕਿਨ ਉਸ ਵਕਤ ਤੱਕ ਰਾਤ ਪੈ ਚੁੱਕੀ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਔਰ ਉਹਦੇ ਵਿੱਚ ਘਾਰਲਾ ਜਿਹੜਾ ਸਮਾਂ ਸੀ ਉਹਦੇ ਵਿੱਚ ਸੰਦੀਪ ਸੰਨੀ ਉਹਨਾਂ ਦੀ ਜਿਹੜੀ ਦੁਕਾਨ ਸੀ ਉਸ ਨੂੰ ਵੈਂਡਲਾਈਜ਼ ਵੀ ਕੀਤਾ ਗਿਆ ਸੀਗਾ ਰਾਹੁਲ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਔਰ ਕੀਤਾ ਇਸ ਗੱਲ ਤੇ ਕੀਤਾ ਗਿਆ ਉਰੀ ਬੁਨਿਆਦੇ ਬਣੀ ਹੈ ਕਿ ਉਸਨੇ ਉਸ ਵੇਲੇ ਜੋ ਤਤੇ ਭਾਸ਼ਣ ਦਿੱਤੇ ਸੀਗੇ ਉਹਦੇ ਕਰਕੇ ਸਮਾਜ ਦੇ ਵਿੱਚ ਜਾਂ ਉਸ ਵਕਤ ਹਿੰਸਾ ਵੀ ਭੜਕ ਸਕਦੀ ਸੀਗੀ ਘੁੰਮਨ ਬ੍ਰਦਰਜ਼ ਮੇਰੇ ਨਾਲ ਨੇ ਵਿਨਾ ਦੇ ਨਾਲ ਗੱਲ ਕਰਨੀ ਅਸਰ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਲਟਕਦਾ ਪਿਆ ਸੀ ਮੈਂ ਸ਼ਬਦ ਵਰਤ ਰਿਹਾ ਲਟਕਦਾ ਪਿਆ ਸੀਗਾ ਪੈਂਡਿੰਗ ਸੀਗਾ ਔਰ ਇਹ ਮਿਸਾਲ ਇਸ ਕਰਕੇ ਕਾਇਮ ਹੋਈ ਹੈ ਕਿਉਂਕਿ ਇਹਦੇ ਨਾਲ ਬੋਤਿਆਂ ਨੂੰ ਕੰਨ ਹੋ ਜਾਣਗੇ ਕਿ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਨੀ ਆ ਜਾਂ ਸੋਸ਼ਲ ਮੀਡੀਆ ਤੇ ਖੁਦ ਆਪਣੀ ਵੀਡੀਓ ਅਪਲੋਡ ਕਰਨੀ ਆ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਨਹੀਂ ਤਾਂ ਫਿਰ ਜਦੋਂ ਕਾਨੂੰਨ ਆਪਣੀ ਕਾਰਵਾਈ ਕਰੇਗਾ ਤੇ ਉਹਦੇ ਵਿੱਚ ਤੁਹਾਡੇ ਘਰ ਵਾਲੇ ਵੀ ਭੁਗਤਣਗੇ ਰਾਹੁਲ ਜੀ ਇਹ ਉਹ ਸ਼ਖਸ ਹੈ ਜਿਸਨੇ ਉਸ ਵਕਤ ਉਸ ਦੌਰਾਨ ਬਹੁਤ ਗਲਤ ਸਟੇਟਮੈਂਟਸ ਦਿੱਤੀਆਂ ਸਿਗੀਆਂ ਜਿਹਦਾ ਇਸ ਐਫਆਈਆਰ ਦੇ ਵਿੱਚ ਜ਼ਿਕਰ ਹੈਗਾ ਪਹਿਲੇ ਤਾਂ ਮੈਨੂੰ ਕੁਮਨ ਸਾਹਿਬ ਇਹ ਦੱਸੋ ਕਿ ਇਹ ਜੱਦੋਜਹਿਦ ਕੀ ਰਹੀ ਹੈ ਔਰ ਇਹ ਮੁੰਡੇ ਦੀ ਅਰੈਸਟ ਕਿਵੇਂ ਪਈ ਹੈ ਜੀ ਮੈਂ ਸਟਾਰਟਿੰਗ ਇੱਥੋਂ ਕਰੂੰਗਾ ਕਿ ਜੇਕਰ ਅਸੀਂ ਹੁਣ ਜਿਹੜਾ ਨਵਾਂ ਐਫਆਈਆਰ ਜਿਹਦਾ ਤੁਸੀਂ ਹੁਣੇ ਜ਼ਿਕਰ ਕੀਤਾ ਹੈ ਜੇ ਉਹਦੇ ਆਪਾਂ ਕੰਟੈਂਟਸ ਦੇ ਵਿੱਚ ਜਾਈਏ ਤਾਂ ਉਹਦੇ ਕੰਟੈਂਟਸ ਇੱਕ ਚੀਜ਼ ਬੜੀ ਕਲੈਰੀਫਾਈ ਕਰ ਰਹੇ ਨੇ ਕਿ 1984 ਦੇ ਵਿੱਚ ਜੋ ਸਿੱਖ ਕਤਲੇਆਮ ਹੋਇਆ ਹੈ ਉਹਦੇ ਚ ਹਜੇ ਤੱਕ ਜਿਹੜੀ ਸਾਡੀ ਸਿੱਖ ਕੌਮ ਹੈ ਉਹਦਾ ਅਸੀਂ ਇਨਸਾਫ ਅਸੀਂ ਜੋ ਸਾਡੀਆਂ ਭਾਰਤੀ ਕਾਨੂੰਨ ਦੇ ਮੁਤਾਬਕ ਉਹਦਾ ਇਨਸਾਫ ਹਜੇ ਤੱਕ ਜਿਹੜਾ ਉਹ ਜੋ ਚਾਹੁੰਦੇ ਆ ਉਹ ਨਹੀਂ ਮਿਲਿਆ ਇਹ ਕੰਟੈਂਟਸ ਆਫ ਦੀ ਐਫ ਆਈ ਆਰ ਕਹਿ ਰਹੇ ਨੇ ਔਰ ਸਿੱਖ ਨਸ਼ਲਕੁਸੀ ਜਿਹੜਾ ਉਹਦੇ ਵਿੱਚ ਵਰਡ ਹੈ ਉਹ ਵਿੱਚ ਯੂਜ਼ ਕੀਤਾ ਗਿਆ ਔਰ ਮੈਂ ਹੁਣ ਇਸ ਗੱਲ ਦੇ ਉੱਪਰ ਆਉਣਾ ਵੀ ਜਿਹੜੀ ਸਾਡੀ ਸਾਰੀ ਲੀਗਲ ਟੀਮ ਇੱਥੇ ਇਸ ਟਾਈਮ ਅਸੀਂ ਹੈਗੇ ਆਂ 4 ਨਵੰਬਰ ਨੂੰ ਮੈਨੂੰ ਲੱਗਦਾ ਵੀ ਜੇਕਰ ਅਸੀਂ ਕਾਊਂਟ ਕਰ ਲਈਏ ਤਾਂ ਤਿੰਨ ਤੋਂ ਚਾਰ ਮੁੱਖ ਘਟਨਾਵਾਂ ਨੇ ਪਹਿਲੀ ਘਟਨਾ ਦੇ ਮੁਤਾਬਕ ਮੈਂ ਹਜੇ ਮੈਟਰ ਮਨਜੋ ਕੋਰਟ ਚ ਪੈਂਡਿੰਗ ਹੈ ট্রਾਇਲ ਦੇ ਵਿੱਚ ਉਹਦੀਆਂ ਗਰਾਉਂਡਸ ਡਿਫੈਂਸ ਲਵਾਂਗੇ ਪਰ ਜਿਹੜੀ ਉੱਥੇ ਦੂਜੀ ਘਟਨਾ ਜਿਹੜੀ ਵਾਪਰੀ ਜਿਹਦਾ ਜਿਹਦਾ ਹੁਣ ਜ਼ਿਕਰ ਕੀਤਾ ਹੈ ਉਹਦੇ ਚ ਲੰਕੇਸ਼ਵਰ ਦੀ ਜੇਕਰ ਦੇਖੀਏ ਤਾਂ ਉਸ ਲੜਕੇ ਨੇ ਉਹਨੇ ਇਹ ਨਹੀਂ ਕਿਹਾ ਜੋ ਅਸੀਂ ਵੀ ਪ੍ਰੋਵੋਕੇਟਿਵ ਉਹਦੀ ਵੀਡੀਓ ਵਾਇਰਲ ਹੁੰਦੀ ਏ ਵੱਡੇ ਲੈਵਲ ਤੇ ਉਦੋਂ ਚ ਉਹਨੇ ਇਹ ਸ਼ਬਦ ਨਹੀਂ ਵਰਤਿਆ ਵੀ ਘਰੋਂ ਸਿੱਖ ਕੱਢ-ਕੱਢ ਕੇ ਇਕੱਲੇ ਮਾਰਨੇ ਨੇ ਉਹ ਕਹਿੰਦਾ ਘਰੋਂ ਕੱਢ-ਕੱਢ ਕੇ ਸਾੜਨੇ ਨੇ ਸੌਦੀ ਇੰਟੈਂਸ਼ਨ ਤੇ ਮੋਟਿਵ ਕਲੀਅਰ ਸੀ ਔਰ ਪ੍ਰੋਵੋਕੇਟਿਵ ਵੀਡੀਓ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਜਾ ਕੇ ਆਪਣੇ ਨਾਲ ਪੰਜ ਚਾਰ ਬੰਦੇ ਲੈ ਕੇ ਉਹਨਾਂ ਸੰਦੀਪ ਸਣੀ ਦੇ ਦੋਵੇਂ ਭਰਾ ਭਾਈ ਮਨਦੀਪ ਤੇ ਹਰਦੀਪ ਦੀ ਦੁਕਾਨ ਨੂੰ ਟਾਰਗੇਟ ਕੀਤਾ ਔਰ ਉੱਥੇ ਜਾ ਕੇ ਵੈਂਡਲਾਈਜ਼ ਕੀਤੀ ਔਰ ਉਸ ਤੋਂ ਪਹਿਲਾਂ ਪੈਟਰੋਲ ਕੱਢੇ ਜੋ ਜੋ ਚੀਜ਼ਾਂ ਸੀਗੀਆਂ ਉਹ ਸਾਰੀਆਂ ਅਸੀਂ ਸੀਸੀਟੀਵੀ ਫੁਟੇਜ ਅਸੀਂ ਜਿਹੜੇ ਸੀਗੇ ਉਹ ਇਨਵੈਸਟੀਗੇਸ਼ਨ ਏਜੰਸੀ ਨੂੰ ਦਿੱਤੇ ਉਸ ਤੋਂ ਬਾਅਦ ਹਰ ਜਿਹੜਾ ਮੁਜਰਮ ਹੈ ਜਿੰਨੇ ਕਿ ਉਸ ਨੇ ਉਹ ਹਮੇਸ਼ਾ ਆਪਣੇ ਐਵੀਡੈਂਸ ਨੂੰ ਮਟਾਉਂਦੇ ਨੇ ਤੇ ਉਹਨੇ ਜਾਣ ਬੁੱਝ ਕੇ ਕਲੇਵਰਲੀ ਮੈਲਾਫਾਈਡਲੀ ਉਹਨੇ ਫਿਰ ਇੱਕ ਵੀਡੀਓ ਪਾਈ ਜਿੱਦੇ ਚ ਉਹਨੇ ਐਪੋਲੋਜੀ ਮੰਗੀ ਹੁਣ ਇੱਥੇ ਆ ਕੇ ਮੈਂ ਸਭ ਤੋਂ ਪਹਿਲਾਂ ਮੈਂ ਅਸੀਂ ਇਹ ਮਾਮਲਾ ਜਿਹੜਾ ਸੀ ਮਲਾ ਦਾ ਦਸੰਬਰ ਦੇ ਵਿੱਚ ਸਸੀਆਂ ਗੇਜ਼ ਹੋਈ ਸੀ ਉਸ ਤੋਂ ਬਾਅਦ ਅਸੀਂ ਖੁਦ ਜਾ ਕੇ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਅਸੀਂ ਜਾ ਕੇ ਸਾਰਾ ਪ੍ਰਾਈਜ਼ ਕਰਵਾਉਨੇ ਆਂ ਵੀ ਆ ਚੀਜ਼ਾਂ ਹੈਗੀਆਂ ਨੇ ਔਰ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਰਿਮਾਰਕੇਬਲ ਮੈਂ ਕਹਾਂਗਾ ਉਹ ਤੁਹਾਨੂੰ ਬ੍ਰਦਰ ਐਕਸਪਲੇਨ ਕਰਨਗੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਜਦੋਂ ਥੱਲੇ ਇਨਵੈਸਟੀ ਸਾਡੀ ਇਨਵੈਸਟੀਗੇਸ਼ਨ ਏਜੰਸੀ ਨੇ ਸਾਡੀ ਸਾਰ ਨਹੀਂ ਲਈ ਤਾਂ ਫੇਰ ਜਾ ਕੇ ਅਸੀਂ ਮਾਨਯੋਗ ਕੋਰਟ ਨੂੰ ਜਾ ਕੇ ਦਰਵਾਜ਼ਾ ਖੜਕਾਇਆ ਤੇ ਤੁਹਾਨੂੰ ਫਰਦਰ ਜਿਹੜਾ ਉਹ ਤੁਹਾਨੂੰ ਬ੍ਰਦਰ ਐਕਸਪਲੇਨ ਕਰਨਗੇ ਜਦੋਂ ਤਸੀਮ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਤੇ ਤੁਹਾਡੇ ਕੀ ਉੱਥੇ ਬੇਸਿਕ ਕੀ ਸੀਗਾ ਕਿ ਹਾਂ ਵੀ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ ਔਰ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਸੀਗੀ ਇਹ ਮੁਕੰਮਲ ਹੁੰਦੀ ਆ। ਲੁਕੇਸ਼ ਜੀ ਮੈਂ ਸਟਾਰਟ ਇੱਥੋਂ ਕਰਦਾ ਕਿ 4 11 ਨੂੰ ਜਿੱਦਣ ਪਰਚਾ ਹੁੰਦਾ 302 ਦਾ ਸੰਦੀਪ ਤੇ 7 11 ਨੂੰ ਵੈਂਡਲਾਈਜ਼ ਹੁੰਦਾ ਹੈ। 7 11 ਤੋਂ ਲੈ ਕੇ 28 ਦਸੰਬਰ ਤੱਕ ਮੈਂ ਇਹ ਕੇਸ ਜਿਹੜਾ ਸੀ ਲੋਕਲ ਕਾਉਂਸਲਸ ਦੇਖ ਰਹੇ ਸੀ। 26 27 ਤੱਕ ਨੂੰ ਸਾਨੂੰ ਕਾਲ ਆਉਂਦੀ ਏ। 28 ਤਰੀਕ ਨੂੰ ਅਸੀਂ ਸਾਰੀ ਟੀਮ ਲੈ ਕੇ ਅੰਮ੍ਰਿਤਸਰ ਪਹੁੰਚਦੇ ਹਾਂ 28 12 2022। 11 ਤਰੀਕ ਨੂੰ ਅਸੀਂ ਇੱਕ ਰਿਪ੍ਰেজੈਂਟੇਸ਼ਨ ਈਸ਼ੂ ਕੀਤੀ ਟੂ ਦੀ ਡੀਜੀਪੀ ਟੂ ਦੀ ਸੀਪੀਏ ਅਮਰਸਰ ਕਿ ਸਰ ਥਿਸ ਇਜ਼ ਦੀ ਮੈਟਰ ਆ ਚੀਜ਼ ਹੋ ਚੁੱਕੀ ਏ ਇਹ ਰਿਪ੍ਰেজੈਂਟੇਸ਼ਨਸ ਜਿਹੜੀਆਂ ਨੇ ਇਹਨਾਂ ਤੇ ਤੁਸੀਂ ਗੌਰ ਕਰੋ ਦੇਖੋ ਕਾਨੂੰਨ ਜਿਹੜਾ ਉਹ ਸਾਰਿਆਂ ਲਈ ਇਕੁਅਲ ਏ ਜੇ ਕੋਈ ਕਾਨੂੰਨ ਦੇ ਵਿੱਚ ਜਿੱਥੇ 302 ਬਣਦੀ ਏ ਤੁਸੀਂ 302 ਦਾ ਪਰਚਾ ਦਿੱਤਾ ਹੈ ਨਹੀਂ ਦਿੱਤਾ ਹੋ ਜੇ ਸਵਾਲ ਏ ਪਰ ਤੁਸੀਂ ਜਿਹੜੀ ਦੂਜੀ ਪਾਰਟੀ ਏ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਏ ਉਹ ਕਾਨੂੰਨ ਮੁਤਾਬਕ ਕਰੋ 9 ਜਨਵਰੀ ਤੋਂ ਲੈ ਕੇ ਲੰਕੇਸ਼ ਜੀ ਮੈਂ ਦੱਸੂਗਾ ਇਹ ਰਿਪ੍ਰেজੈਂਟੇਸ਼ਨ ਗਈ ਏ ਬ੍ਰਦਰ ਆਪਣੀ ਟੀਮ ਲੈ ਕੇ ਆਪ ਅੰਮ੍ਰਿਤਸਰ ਪਹੁੰਚੇ ਸੀਪੀ ਸਾਹਿਬ ਨੂੰ ਦੱਸਿਆ ਸਰ 3 ਮਹੀਨਿਆਂ ਬਾਅਦ ਹਾਰ ਕੇ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਲੰਕੇਸ਼ ਜੀ 24 ਤਰੀਕ ਨੂੰ ਮਾਨਯੋਗ 24 ਅਪ੍ਰੈਲ ਮਾਨਯੋਗ ਹਾਈ ਕੋਰਟ ਜਸਟਿਸ ਮਾਨਯੋਗ ਜਸਟਿਸ ਐਨ ਐ ਸ਼ਿਕਾਵਤ ਦੀ ਕੋਰਟ 'ਚ ਅਸੀਂ ਇਹ ਸਾਰਾ ਮਾਮਲਾ ਰਿਟ ਦੇ ਜ਼ਰੀਏ ਕ੍ਰਿਮੀਨਲ ਰੈਟ ਜਿਹੜੀ ਸੀਗੀ ਉਹ ਦਾਖਲ ਕੀਤੀ ਜਿਹਦੇ ਚ ਡੀਜੀਪੀ ਪੰਜਾਬ ਸੀਪੀ ਤੇ ਪ੍ਰਾਈਵੇਟ ਰਿਸਪੌਂਡੈਂਟ ਜਿਹੜੇ ਬੰਦੇ ਸੀ ਮਾਨਜੋ ਕੋਰਟ ਨੇ ਇਸ ਕੇਸ ਦੇ ਵਿੱਚ ਨੂੰ ਕੇਸ ਜੀ 24 ਤਰੀਕ ਨੂੰ ਉਹਨੋਂ ਮੈਂ ਤੁਹਾਨੂੰ ਇੱਥੇ ਲੱਗਾ ਦੱਸਣ ਕਿ ਹੁੰਦਾ ਕੀ ਏ 24 ਤਰੀਕ ਨੂੰ ਮਾਨਜੋ ਕੋਰਟ ਨੇ ਸੰਮਨ ਕਰ ਲਈ ਸਾਰੀ ਸਟੇਟਸ ਰਿਪੋਰਟ ਨੋਟਿਸ ਇਸ਼ੂ ਕੀਤਾ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿ ਤੁਸੀਂ ਆ ਕੇ ਇਹਦਾ ਸਾਰਾ ਪੱਖ ਦੱਸੋ ਤੇ ਸਰ ਜਿਹੜੀ ਹੁਣ ਇੱਥੇ ਮੈਂ ਕਹੂੰਗਾ ਪੁਲਿਸ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਹੈ ਪੁਲਿਸ ਨੇ 5 5 5 ਮਈ 2023 ਨੂੰ ਇੱਕ ਪਰਚਾ ਜਿਹੜਾ ਲੇਟੈਸਟ ਉਹ ਦਿੱਤਾ ਹੈ ਪਰਚਾ ਨੰਬਰ 138 ਸਦਰ ਅੰਮ੍ਰਿਤਸਰ ਜਿਹਦੇ ਵਿੱਚ 295ਏ ਧਾਰਾ 298 ਉਹਦੇ ਨਾਲ 153 ਇਹ 505 ਵਗੈਰਾ ਜਿਹੜੀਆਂ ਹੇਟਡ ਸਪੀਚ ਰਿਲੀਜੀਅਸ ਸੈਂਟੀਮੈਂਟ ਨੂੰ ਹਾਰਟ ਹਟ ਕਰਨਾ 506 ਧਮਕੀਆਂ ਦੇਣਾ ਹੁਣ ਇਹਦੇ 'ਚ ਇਹੀ ਦਰਜ ਨਹੀਂ ਕੀਤਾ ਨਾਲ ਉਹਨਾਂ ਨੇ ਉਹ ਰਾਹੁਲ ਸ਼ਰਮਾ ਜਿਹੜਾ ਉਹ ਲੜਕਾ ਬੋਲਿਆ ਤੇ ਸਰਵ ਸੇਤੀਆ ਇਹਨਾਂ ਦੋਨਾਂ ਨੂੰ ਨਾਮਜ਼ਦ ਕੀਤਾ ਤੇ ਪੰਜ-ਪੰਜ ਨੂੰ ਸਵਾਦ ਵਾਲੀ ਗੱਲ ਇਹ ਹੈ ਕਿ ਇਹਨਾਂ ਇਹਨਾਂ ਬੰਦਿਆਂ ਦੀ ਰਾਹੁਲ ਦੀ ਅਰੈਸਟ ਵੀ ਪੈ ਚੁੱਕੀ ਹੈ ਐਂਡ ਨਾਓ ਇਹ ਮੈਂ ਤੁਹਾਡੇ ਚੈਨਲ ਰਹੀਂ ਅੱਜ ਪਹਿਲੀ ਵਾਰੀ ਅਸੀਂ ਦੱਸਣ ਲੱਗੇ ਆ ਕਿ ਇਹ ਪਰਚੇ ਤੋਂ ਬਾਅਦ ਇਹ ਜੁਡੀਸ਼ੀਅਲ ਲੋਕਅਪ ਚ ਆਇਆ ਚ ਸੋ ਮੈਂ ਦੇਖੋ ਇਸ ਚੈਨਲ ਰਹੀਂ ਇੱਕ ਚੀਜ਼ ਮੈਂ ਜਿਹੜਾ ਇਨਸਾਫ ਜਿਹੜਾ ਜਸਟਿਸ ਅਸੀਂ ਕਹਿੰਨੇ ਆਂ ਦੇਖੋ ਕਾਨੂੰਨ ਦੇ ਵਿੱਚ ਰਹਿ ਕੇ ਜਸਟਿਸ ਕਰਾਉਣਾ ਮਾਨੂੰ ਚੰਗਾ ਲੱਗਦਾ ਸੋ ਮੈਂ ਇੱਥੇ ਆ ਕੇ ਪੰਜਾਬ ਪੁਲਿਸ ਮਾਨਚੋਕ ਸੀਪੀ ਨੇ ਬਣਦੀ ਕਾਰਵਾਈ ਦੇਖੋ ਭਾਵੇਂ ਰੇਟਾ ਸੀਪਾਈ ਐਫਰਟਸ ਕੀਤੀਆਂ ਪਰ ਦੇਰ ਆਈ ਦਰੁਸਤਾਏ ਪਰਚਾ ਸਾਡੇ ਸਾਹਮਣੇ ਪਿਆ ਸੋ ਬਾਕੀ ਦੇਖੋ ਗੱਲ ਅਗਲੇ ਇਨਸਾਫ ਚ ਕੀ ਕੀ ਏ ਉਹਨਾਂ ਦੀ ਪ੍ਰੋਟੈਕਸ਼ਨ ਫੈਮਲੀ ਦੀ ਕੀ ਏ ਇੱਕ ਚੀਜ਼ ਹੋਰ ਮੈਂ ਦੱਸੂਗਾ ਇਹੀ ਨਹੀਂ ਕੱਲਾ ਕੀਤਾ ਜਿਹੜੀ ਦੁਕਾਨ ਵੈਂਡਲਾਈਜ਼ ਕੀਤੀ ਸੀ ਜਿਹੜੀ ਦੁਕਾਨ ਨੂੰ ਸੜਫੂ ਕੀਤਾ ਡੈਮੇਜ ਕੀਤਾ ਸੀ 7 11 ਨੂੰ ਉਹਦੇ ਵਿੱਚ ਅਸੀਂ ਦਿਖਾਇਆ ਕਿ ਆਹ ਦੇਖੋ ਜੀ ਰਾਹੁਲਰਾ ਨੇ ਜਦੋਂ ਉਹ ਵਿੱਚੋਂ ਤੇਲ ਕੱਢਿਆ 6 7 ਬੰਦੇ ਨੇ ਪੁਲਿਸ ਨੇ ਲੋਕੇਸ਼ ਜੀ ਉਹਦੇ ਚ ਵੀ ਇਹਨਾਂ ਨੂੰ ਨਾਮਜ਼ਦ ਕਰਤਾ ਜੀ ਔਰ ਇਸ ਤੋਂ ਪਹਿਲਾਂ ਜਿਹੜਾ ਇੱਕ ਪਰਚਾ ਹੋਇਆ ਸੀਗਾ ਉਸ ਪਰਚੇ ਦੇ ਵਿੱਚ ਅਣਪਛਾਤਿਆਂ ਦੇ ਉੱਤੇ ਉਹ ਪਰਚਾ ਦਿੱਤਾ ਗਿਆ ਸੀਗਾ ਔਰ ਇੱਕ ਇਹ ਡਿਫਰੈਂਸ ਇਹ ਵੀ ਹੈਗਾ ਇਹਦੇ ਬਾਰੇ ਵੀ ਥੋੜਾ ਦੱਸੋ ਮੈਂ ਦੱਸਦਾ ਦੇਖੋ ਬੜੀ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਏ ਕਿ 4 ਤਰੀਕ ਨੂੰ ਘਟਨਾ ਵਾਪਰਦੀ ਏ ਦੋ ਮੁੱਖ ਘਟਨਾਵਾਂ ਜਿਹੜਾ ਹੁਣ ਜਿਵੇਂ ਬ੍ਰਦਰ ਦੱਸ ਕੇ ਬੈਠੇ ਨੇ ਵੀ ਹਾਈ ਕੋਰਟ ਨੇ ਜਦੋਂ ਮੈਟਰ ਦੇ ਵਿੱਚ ਇਨਕਲਾਈਨ ਕੀਤਾ ਤਾਂ ਹਾਈ ਕੋਰਟ ਦੇ ਦਖਲ ਤੋਂ ਬਾਅਦ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਉਹ ਠੀਕ ਹੈ ਕੱਲ ਵੀ ਹੁਣ ਭਾਵੇਂ ਰਾਹੁਲ ਦੇ ਖਿਲਾਫ ਪਰਚਾ ਹੋ ਗਿਆ ਪਰ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਵੀ ਕੀ ਗੱਲ ਇਹ ਫਿਰ ਹਰ ਬੰਦਾ ਹੀ ਮਾਨਜੋਗ ਹਾਈ ਕੋਰਟ ਦੇ ਵਿੱਚ ਆਏਗਾ ਕੀ ਪਿਛਲੇ 5 ਮਹੀਨਿਆਂ ਤੋਂ ਇਨਵੈਸਟੀਗੇਸ਼ਨ ਏਜੰਸੀ ਕਿੱਥੇ ਸੀ ਇਹ ਬੜਾ ਵੱਡਾ ਸਵਾਲ ਹੈ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਵੀ ਮੈਂ ਉਸ ਦੀ ਜਵਾਬ ਦੇਣਾ ਕਿ ਚਾਰ ਤਰੀਕ ਦੀ ਘਟਨਾ ਵਾਪਰਦੀ ਹੈ ਜਦੋਂ ਦੁਕਾਨ ਨੂੰ ਬਕਾਇਦਾ ਵੈਂਟਲਾਈਜ਼ ਕੀਤਾ ਜਾਂਦਾ ਹੈ ਮੈਂ ਸਮਝਦਾ ਕਿ ਦੁਕਾਨ ਵੈਂਟਲਾਈਜ਼ ਨਹੀਂ ਕੀਤੀ ਉਹਦੀ ਇੰਟੈਂਸ਼ਨ ਇਹ ਸੀ ਉਹਦੇ ਦੋਵੇਂ ਭਰਾਵਾਂ ਨੂੰ ਜੂੰਦੇ ਸੜਨਾ ਚਾਹੁੰਦੇ ਸਨ ਆਹ ਪਰਪਸ ਸੀ ਸੋ ਮੇਰਾ ਇਹ ਹੈਗਾ ਕਿ 7 ਨਵੰਬਰ ਨੂੰ ਇਹਨਾਂ ਨੇ ਫੇਰ ਜਿਹੜਾ ਪਰਚਾ ਦਿੱਤਾ ਤੁਸੀਂ ਉਹ ਗੱਲ ਕਹਿ ਰਹੇ ਹੈਗੇ ਹੋ ਜੋ ਉਹਨੇ ਔਨ ਰਿਕਾਰਡ ਆ ਕੇ মিডিਆ ਦੇ ਸਾਹਮਣੇ ਉਹ ਗੱਲ ਕਹੀ ਕਿ ਸਾੜਾਂਗੇ ਉਹੀ ਉਹ ਕਰਨਾ ਚਾਹੁੰਦੇ ਸੀਗੇ ਇਸ ਕਰਕੇ ਉਹ ਦੁਕਾਨ ਦੇ ਵਿੱਚੋਂ ਵੜ ਕੇ ਔਰ ਉਹਨਾਂ ਨੇ ਵੈਂਡਲਾਈਜ਼ ਕਰ ਦਿੱਤੀ ਉਹਦੇ ਵਿੱਚ ਮੇਰਾ ਰੀਜ਼ਨ ਇਹ ਆ ਕਹਿਣ ਦਾ ਕਿਉਂਕਿ ਉਹਨਾਂ ਨੇ ਜਦੋਂ ਪ੍ਰੋਵੋਕੇਟਿਵ ਵੀਡੀਓ ਪਾਈ ਦੇਖੋ ਕ੍ਰਿਮੀਨਲ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਬੀਇੰਗ ਅ ਫੌਜਦਾਰੀ ਲਾਇਰ ਅਸੀਂ ਕ੍ਰਿਮੀਨਲ ਦੇ ਵਿੱਚ ਇਹ ਦੇਖਦੇ ਹਾਂ ਵੀ ਇੰਟੈਂਸ਼ਨ ਤੇ ਮੋਟਿਵ ਕੀ ਹੈ ਇੰਟੈਂਸ਼ਨ ਐਂਡ ਮੋਟਿਵ ਇਜ਼ ਵੈਰੀ ਕਲੀਅਰ ਬਾਈ ਵੇ ਆਫ ਗਿਵਿੰਗ ਦੀ ਪ੍ਰੋਵੋਕੇਟਿਵ ਵੀਡੀਓ ਪਹਿਲਾਂ ਨੇ ਸੈਕੰਡ ਫਿਰ ਉਹਨੇ ਜਾ ਕੇ ਉਸ ਘਟਨਾ ਨੂੰ ਇਲਜ਼ਾਮ ਦਿੱਤਾ ਉਸ ਇਲਜ਼ਾਮ ਦੇ ਵਿੱਚ ਤੁਸੀਂ ਇਹ ਦੇਖੋ ਜਿਹੜੀ ਗੱਲ ਦੁੱਖ ਦੀ ਮੈਂ ਤੁਹਾਨੂੰ ਦੱਸ ਰਿਹਾ 4 ਨਵੰਬਰ ਦੀ ਘਟਨਾ ਸੀ ਤੇ ਤੁਸੀਂ 5 6 ਤੇ 7 ਨਵੰਬਰ ਨੂੰ ਜਾ ਕੇ ਉਹ ਵੀ ਜਦੋਂ ਮਾਣਯੋਗ ਮੈਜਿਸਟਰੇਟ ਜਿਹੜੇ ਨੇ ਜੁਡੀਸ਼ੀਅਲ ਮੈਜਿਸਟਰੇਟ ਉਹਨੇ ਡਾਇਰੈਕਸ਼ਨ ਦਿੱਤੀ ਹੈ ਵੀ ਉਸ ਮਾਮਲੇ ਦਾ ਤੁਸੀਂ ਹੁਣ ਤੱਕ ਕਿਉਂ ਨਹੀਂ ਕੀਤਾ ਤਾਂ ਫਿਰ ਇਹਨਾਂ ਦੀ ਕਲੇਵਰਨੈਸ ਵੇਖੋ ਇਨਵੈਸਟੀਗੇਸ਼ਨ ਏਜੰਸੀ ਦੀ ਇਹਨਾਂ ਨੇ ਜਾਣ ਪੁੱਛ ਕੇ ਜਿਹੜਾ ਉਹਦੇ ਚ ਜਿਹੜਾ ਕੰਪਲੇਂਟ ਬਣਾਇਆ ਸ਼ਿਕਾਇਤ ਕਰਤਾ ਉਹ ਇੱਕ ਖੁਦ ਵਿੱਚੋਂ ਆਪਣਾ ਐਸਆਈ ਬਣਾ ਲਿਆ ਥਾਣੇ ਦਾ ਜਾਣ ਕੇ ਇਹਨਾਂ ਦੋਵਾਂ ਭਰਾ ਜਿਹੜੇ ਪੀੜਤ ਸਨ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਟਾਰਗੇਟ ਕਿਨੂੰ ਕੀਤਾ ਦੇਖੋ ਉੱਥੇ ਜਾ ਕੇ ਕੱਲੇ ਕਪੜਿਆਂ ਨੂੰ ਅਕਲਣ ਦਾ ਤਾਂ ਕੋਈ ਮਤਲਬ ਨਹੀਂ ਸੀ ਪਤਾ ਸੀ ਵੀ ਉਹਦੇ ਦੋਵੇਂ ਭਰਾ ਮਨਦੀਪ ਤੇ ਹਰਦੀਪ ਅੰਦਰ ਨੇ ਹੋਰ ਇਹਨਾਂ ਨੇ ਜਾਣ ਬੁੱਝ ਕੇ ਟਾਰਗੇਟ ਕੀਤਾ ਔਰ ਉਹਨਾਂ ਦੋਵਾਂ ਭਰਾਵਾਂ ਨੂੰ ਸ਼ਿਕਾਇਤ ਕਰਤਾ ਨਹੀਂ ਬਣਾਇਆ ਵਿਕਟਮ ਕੌਣ ਸੀ ਔਰ ਇਹਦੇ ਨਾਲ ਸਾਨੂੰ ਜਿਹੜਾ ਇੱਕ ਨੁਕਸਾਨ ਹੋਇਆ ਔਰ ਪਰਚਾ ਦਰਜ ਕਰਵਾਇਆ ਅਣਪਛਾਤੇਆਂ ਦੇ ਖਿਲਾਫ ਸਾਨੂੰ ਸ਼ਿਕਾਇਤ ਕੀ ਇਹਨਾਂ ਤੇ ਜਿਹੜਾ ਸਾਨੂੰ ਹੁਣ ਤੱਕ ਸਾਨੂੰ ਨੁਕਸਾਨ ਹੋਇਆ ਉਹ ਇਹ ਨੁਕਸਾਨ ਹੋਇਆ ਕਿਉਂਕਿ ਜਦੋਂ ਇਹਨਾਂ ਨੂੰ ਪੀੜਤ ਨੂੰ ਜੇਕਰ ਕੰਪਲੇਨਰ ਬਣਾਉਂਦੇ ਤਾਂ ਉਹਦੇ ਕੋਲ ਬੜੇ ਰਾਈਟਸ ਹੁੰਦੇ ਨੇ ਕੰਪਲੇਨੈਂਟ ਬਿਆਨ ਵੀ ਕਰਾ ਸਕਦਾ ਸੀ ਜਦੋਂ ਲੰਕੇਸ਼ ਜੀ ਮੈਂ ਨਟਸ਼ਲ ਗੱਲ ਨੂੰ ਕਰਾਂ ਕਿ ਮੈਨੂੰ ਲੱਗਦਾ ਮੈਂ ਵੀ ਦੋ ਵਾਰੀ ਲੀਗਲ ਟੀਮ ਲੈ ਕੇ ਅੰਬਰਸਰ ਗਿਆ ਪੰਜ ਮਹੀਨਿਆਂ ਤੋਂ ਅਸੀਂ ਕਹਿ ਰਹੇ ਸੀ ਕਿ ਠੀਕ ਹੈ ਜਿਹੜਾ ਤੁਸੀਂ ਕੋਈ ਪਹਿਲਾ ਮਾਮਲਾ ਸੀ ਉਹਦੇ ਮੁਤਾਬਕ ਭਾਈ ਸੰਦੀਪ ਸਿੰਘ ਸਣੀਆ ਜੁਡੀਸ਼ੀਅਲ ਲੋਕਅਪ ਚ ਨੇ ਲੈਟਸ ਈ ਕੋਡ ਡਿਸਾਈਡ ది ਮੈਟਰ ਕਰਦਣਗੇ ਆਊਟਸਾਈਡ ਮੰਨ ਜੋ ਕੋਟਾਂ ਸਾਡੀਆਂ ਕਿ ਜਿਹੜੇ ਦੂਜੇ ਮਾਮਲੇ ਲਕੇਸ਼ ਜੀ ਜਿਵੇਂ ਪਿਛਲੀ ਵਾਰੀ ਮੈਨੂੰ ਯਾਦ ਹੈ ਤੁਹਾਡੀ ਇੰਟਰਵਿਊ ਵੀ ਜੋਰਮ ਕੋਸ਼ਟ ਦੂਜੇ ਲੋਕਾਂ ਨੇ ਵੀ ਕੀਤੇ ਸਨ ਉਹ ਉਹ ਲੋਕਾਂ ਦੇ ਖਿਲਾਫ ਵੀ ਜਿਹੜਾ ਲਾਅ ਸੀ ਉਹਦੇ ਬਰਾਬਰ ਬੈਲੈਂਸ ਕਰਨਾ ਚਾਹੀਦਾ ਸੀ ਹੁਣ ਗੱਲ ਸਿਰਫ ਇਹ ਆ ਵੀ ਸਾਡੀ ਸਾਡੀ ਲੀਗਲ ਟੀਮ ਦੀ ਵਿੱਚ ਹੀ ਮੈਂ ਕਮਿਸ਼ਨਰ ਪੁਲਿਸ ਨੂੰ ਵੀ ਮੈਂ ਇਸ ਗਲਤੀ ਮੈਂ ਉਹਨਾਂ ਦੀ ਤਾਇਦ ਕਰਦੇ ਆ ਕਿ ਅਸੀਂ ਇਸ ਸਾਰੇ ਮਾਮਲੇ ਨੂੰ ਪੁਟ ਅਪ ਕੀਤਾ ਆਲਮੋਸਟ 70 ਪੈਸੇ ਸਾਨੂੰ ਜਿਹੜਾ ਰਲੀਫ ਏ ਉਹ ਸਾਨੂੰ ਮਿਲਿਆ ਪਰ ਅੱਜ ਵੀ ਜਿਹੜੀ ਸਾਡੀ ਜਿਹੜੀ ਸਾਡੀ ਜਿਹੜੀ ਮੰਗ ਹੈ ਉਹ ਮੰਗ ਇਹ ਹੈ ਕਿ ਇਸ ਕੇਸ ਦੇ ਵਿੱਚ ਜਿਹੜੇ ਰੈਸਟ ਆਫ ਲੋਕ ਨੇ ਉਹਨਾਂ ਦੀ ਰੈਸਟਾਂ ਪਹਿਣ ਔਰ ਜਿਹੜੀ ਦੁਕਾਨ ਵੈਂਟਲਾਈਜ਼ ਕੀਤੀ ਏ ਉਹਦੇ ਚ ਪੰਜ ਬੰਦੇ ਇਹਨਾਂ ਨੇ ਨਾਮਜ਼ਦ ਕਰਤੇ ਨੇ ਉਹ ਸਾਡੇ ਕੋਲ ਬਕਾਇਦਾ ਡੀਡੀਆਰ ਨੰਬਰ ਤੱਕ ਮੇਰੇ ਕੋਲ ਉਥੋਂ ਸਾਰਾ ਪਿਆ ਉਹਨਾਂ ਦੇ ਵਿੱਚ ਵੀ ਇਮੀਡੀਏਟਲੀ ਰੈਸਟਾਂ ਪਾਣ ਤੇ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਦੇ ਅੰਦਰ ਸੁਟਾਣਾ ਅੱਛਾ ਜਿਹੜੀ ਇੰਟੈਰੋਗੇਸ਼ਨ ਹੋਏਗੀ ਰਾਹੁਲ ਦੇ ਨਾਲ ਜੋ ਸਵਾਲ ਜਵਾਬ ਹੋਣਗੇ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਵਿੱਚ ਇਹ ਵੀ ਸਾਹਮਣੇ ਆ ਸਕਦਾ ਹੈ ਕਿ ਜੋ ਵੈਂਡਲਾਈਜ਼ ਕੀਤੀ ਗਈ ਸੀ ਦੁਕਾਨ ਉਹ ਕਿਸੇ ਦੇ ਨਿਰਦੇਸ਼ ਦਿੱਤੇ ਗਏ ਸੀਗੇ ਰਾਹੁਲ ਨੂੰ ਤੇ ਉਹਦੇ ਸਾਥੀਆਂ ਨੂੰ ਉਹ ਲੋਕ ਵੀ ਸਾਹਮਣੇ ਆ ਸਕਦੇ ਆ ਕਿ ਜਦੋਂ ਸੁਧੀਰ ਸੂਰੀ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਹੀ ਜਾ ਕੇ ਇਹਨਾਂ ਨੇ ਦੁਕਾਨ ਦੇ ਵਿੱਚ ਭੰਨ ਤੋੜ ਕੀਤੀ ਤੁਹਾਨੂੰ ਲੱਗਦਾ ਕਿ ਪਿੱਛੋਂ ਇਹਨਾਂ ਨੂੰ ਕੋਈ ਡਾਇਰੈਕਸ਼ਨ ਸੀਗੀ ਕਿਸੇ ਦੀ ਖਾਸ ਬੰਦੇ ਦੀ ਉਹ ਵੀ ਸਾਹਮਣੇ ਆਣਗੇ ਹੁਣ ਲੰਕੇਸ਼ ਜੀ ਦੇਖੋ ਇਹ ਲਕੂਨਾ ਕਿਸ ਦਾ ਜੋਤਸ਼ੀ ਨੂੰ ਪੁੱਛਿਆ ਦੇਖੋ ਉਹਨਾਂ ਦੀ ਅਰੈਸਟ ਪਈ ਐਡਮਿਟਡਲੀ ਪਈ ਏ ਬਟ ਇਹ ਬੜਾ ਸਾਡੇ ਲਈ ਇੱਕ ਡਿਸਪਾਇੰਟਮੈਂਟ ਹੈ ਕਿ ਉਹ ਨਾਲ ਦੀ ਨਾਲ ਹੀ ਜੁਡੀਸ਼ੀਅਲ ਭੇਜ ਦਿੱਤੇ ਗਏ ਨੇ ਜੇ ਉਹਦਾ ਪੁਲਿਸ ਰਿਮਾਂਡ ਮਿਲਦਾ ਸਾਨੂੰ ਪੁਲਿਸ ਰਿਮਾਂਡ ਚ ਉਹਦੀ ਡਿਸਕਲੋਜ਼ਰ ਮਿਲਦੀ ਉਹਦੇ ਨਾਲ ਕਿੰਨੇ ਵਿਅਕਤੀ ਸੀ ਕੀ ਸਾਜ਼ਿਸ਼ ਚ ਕੌਣ-ਕੌਣ ਸੀ ਹਥਿਆਰ ਕਿੱਥੇ ਨੇ ਮਾਚਸ ਦੀ ਡੱਬੀ ਕਿੱਥੇ ਐ ਤੇਲ ਵਾਲੀ ਦੇਖੋ ਉਹ ਸਾਰੀਆਂ ਚੀਜ਼ਾਂ ਬਹੁਤ ਰੇਅਰ ਹੁੰਦਾ ਐ ਏਦਾਂ ਜੁਡੀਸ਼ੀਅਲ ਤੇ ਨਾਲ ਦੀ ਨਾਲ ਨਹੀਂ ਲੱਗਦਾ ਕਿ ਪੁਲਿਸ ਰਿਮਾਂਡ ਮੈਨੂੰ ਅੱਜ ਆ ਹੁਣੇ ਹੀ ਸਾਨੂੰ ਖਬਰ ਮਿਲੀ ਏ ਆਯੁਰ ਸਾਹਿਬ ਨਾਲ ਵੀ ਗੱਲ ਹੋਈ ਏ ਕੇਸ 'ਚ ਉਹ ਕਹਿੰਦੇ ਕਿ ਜਨਾਬ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਇੱਕ ਚੰਗੀ ਖਬਰ ਏ ਵੀ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਨੂੰ ਲੈ ਕੇ ਆ ਰਹੇ ਆ ਤੇ ਉਹਨਾਂ ਦਾ ਦੁਬਾਰਾ ਪ੍ਰੋਡਕਸ਼ਨ ਵਾਰੰਟ ਲਿਆ ਕੇ ਉਹਨਾਂ ਦੀ ਪੁੱਛਗਿੱਛ ਹੋਏਗੀ ਪੁਲਿਸ ਰਿਮਾਂਡ ਲਿਆ ਜਾਏਗਾ ਤੇ ਪੁਲਿਸ ਰਿਮਾਂਡ ਦੇ ਵਿੱਚ ਲੁਕੇਸ਼ ਜੀ ਇਹ ਸਾਰੀਆਂ ਚੀਜ਼ਾਂ ਕਿੰਨੇ ਬੰਦੇ ਸੀ ਚਾਰ ਬੰਦੇ ਸੀ ਅੱਠ ਸੀ 10 ਸੀ ਔਰ ਸਾਜ਼ਿਸ਼ ਕਿੰਨੇ ਆਂਦੀ ਸੀ ਸਮਾਨ ਕਿੱਥੇ ਕਿੱਥੇ ਐ ਕਿ ਮੈਂ ਕਿਹੜੀ ਵੀਡੀਓ ਕਿਹੜੇ ਫੋਨ 'ਚ ਪਈ ਏ ਕੀ ਡਿਲੀਟ ਕੀਤਾ ਤੇ ਧਾਰਾ 201 ਬਣੇਗੀ ਸੋ ਦਿਸ ਇਜ਼ ਬੇਸਿਕਲੀ ði ਮੈਟਰ ਆਫ ਇਨਵੈਸਟੀਗੇਸ਼ਨ ਸੋ ਆਉਣ ਵਾਲੇ ਟਾਈਮ 'ਚ ਮੈਨੂੰ ਇਹ ਲੱਗਦਾ ਲੁ ਕੇਸ 'ਚ ਕਿ ਇਹ ਅਸੀਂ ਤੁਹਾਨੂੰ ਅਪਡੇਟ ਸਾਰੀ ਜਲਦ ਦੇਣ ਦੋ ਜਾ ਰਹੀ ਹਾਂ ਇੱਕ ਕਲਾਸ ਦੇ ਵਿੱਚ ਮੈਂ ਜਰੂਰ ਕਹਾਂਗਾ ਕਿ ਇੱਕ ਪਰਿਵਾਰ ਵੱਲੋਂ ਸਾਨੂੰ ਲਗਾਤਾਰ ਇਹ ਮੈਸੇਜ ਇਹ ਵੀ ਆ ਰਿਹਾ ਸੀ ਵੀ ਕਿਸੇ ਨਾ ਕਿਸੇ ਕੋਈ ਸ਼ਰਾਰਤੀ ਅਨਸਰ ਜਿਹੜੇ ਪੰਜਾਬ 'ਚ ਚੁੰਦੇ ਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰ ਦਈਏ ਉਹਨਾਂ ਨੇ ਇਸ ਫੈਮਿਲੀ ਨੂੰ ਵੀ ਟਾਰਗੇਟ ਕੀਤਾ ਹਾਂ ਜਦੋਂ ਹੁਣ 10 ਮਈ ਨੂੰ ਸਾਡੀ ਮਾਨਯੋਗ ਹਾਈ ਕੋਰਟ ਦੇ ਵਿੱਚ ਡੇਟ ਸੀ ਤਾਂ ਮੈਨੂੰ ਆਈਓ ਸਾਹਿਬ ਨੇ ਕਿਹਾ ਕਿ ਜੀ ਅਸੀਂ ਉਹਨਾਂ ਦੇ ਪਰਿਵਾਰ ਦੀ ਪ੍ਰੋਟੈਕਸ਼ਨ ਦੇ ਲਈ ਇੱਕ ਪੀਸੀਆਰ ਵਗੈਰਾ ਲਗਵਾਈਏ ਪਰ ਸਾਡੀ ਜਿਹੜੀ ਮੰਗ ਹੈ ਮਾਨਯੋਗ ਕੋਰਟ ਦੇ ਵਿੱਚ ਉਹ ਸਾਡੀ ਮੰਗੇ ਹੈ ਵੀ ਜਦੋਂ ਆਰਟੀਕਲ 21 ਰਾਈਟ ਟੂ ਪ੍ਰੋਟੈਕਟ ਏਵਰੀ ਸਿਟੀਜ਼ਨ ਆਫ ਦੀ ਇੰਡੀਆ ਉਹਦੇ ਵਿੱਚ ਉਹਦੇ 'ਚ ਉਹ ਪ੍ਰੋਵਾਈਡ ਕਰ ਰਿਹਾ ਕਿ ਤੁਸੀਂ ਇਹਦੇ ਵਿੱਚ ਐਟਲੀਸਟ ਤੁਸੀਂ ਇਹਨਾਂ ਨੂੰ ਵੀ ਜਿਹੜੀ ਐਡਿਕਟ ਸਕਿਉਰਟੀ ਕਵਰ ਨੋਟ ਹੈ ਜੋ ਬਣਦਾ ਹੈ ਉਹ ਇਹਨਾਂ ਨੂੰ ਵੀ ਪ੍ਰੋਵਾਈਡ ਕੀਤਾ ਜਾਵੇ ਹਾਂ ਵਾਈਂਡ ਅਪ ਇਸ ਗੱਲ ਨਾਲ ਜ਼ਰੂਰ ਕਰਾਂਗਾ ਕਿ ਦੇਖੋ ਜਿਹੜਾ ਕਾਨੂੰਨ ਹੈ ਇੰਡੀਆ ਦਾ ਕਾਨੂੰਨ ਉਹ ਅਸੀਂ ਪੜਿਆ ਹੈ ਉਹਦੇ 'ਚ ਕਿਤੇ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੋਈ ਪਾਰਸ਼ੀਐਲਿਟੀ ਨਹੀਂ ਹੈਗੀ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੈ ਹਾਂ ਇਹਦੇ 'ਚ ਜਿਹੜੇ ਕੰਟੈਂਟਸ ਆਫ ਦੀ ਐਫ ਆਈ ਆਰ ਨੇ ਉਹ ਜਕਰ ਪੜੋ ਤਾਂ ਉਸ ਕਲੀਅਰ ਕਹਿ ਰਹੇ ਨੇ ਕਿ ਕਿਉਂ ਬਾਰ-ਬਾਰ ਜਿਹੜੀਆਂ ਮਿਨੋਰਟੀਜ਼ ਨੇ ਭਾਵੇਂ ਅਸੀਂ ਸਿੱਖ ਹਕੋਂਦੇ ਆ ਉਹਨਾਂ ਨੂੰ ਕਿਉਂ ਲੱਗਦਾ ਵੀ ਸਾਨੂੰ ਇਨਸਾਫ ਦੇ ਵਿੱਚ 1984 ਤੋਂ ਇਨਸਾਫ ਨਹੀਂ ਮਿਲਿਆ ਇਸ ਕੇਸ ਤੇ ਵੀ 5 ਮਹੀਨੇ ਜਦੋਂ ਮਾਨਜੋਗ ਹਾਈ ਕੋਰਟ ਦੇ ਵਿੱਚ ਧਾਕੇ ਦਰਵਾਜ਼ਾ ਖੜਕਾਇਆ ਤਾਂ ਫੇਰ ਇਨਸਾਫ ਮਿਲਿਆ ਸੋ ਮੈਂ ਐਂਡ ਦੇ ਵਿੱਚ ਆ ਕੇ ਮਾਨਜੋਗ ਕਮਿਸ਼ਨਰ ਪੁਲਿਸ ਸਾਹਿਬ ਡੀਜੀਪੀ ਸਾਹਿਬ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਬੈਲੈਂਸ ਰੱਖਿਆ ਤੇ ਕਾਨੂੰਨ ਨੂੰ ਬਰਾਬਰਤਾ ਦਾ ਬਣਾ ਕੇ ਰੱਖਿਆ ਇੱਕ ਨਾਮ ਆਂਦੇ ਜਾਂਦੇ ਤੁਹਾਡੇ ਮਾਧਿਅਮ ਰਾਹੀਂ ਇੱਕ ਸਾਰਿਆਂ ਨੂੰ ਰਿਕਵੈਸਟ ਕਰਕੇ ਜਾਣੀ ਕਿ ਇਹ ਹੁਣ ਮੈਟਰ ਜਿਹੜਾ ਹੈ ਨਾ ਦੇਖੋ ਕਿਸੇ ਵੀ ਕੌਮ ਚ ਉਹ ਭਾਵੇਂ ਸਿੱਖ ਕੌਮ ਏ ਸਾਡੀ ਸਾਡੀ ਹਿੰਦੂ ਕੌਮ ਏ ਮੁਸਲਿਮ ਏ ਜੋ ਅਸੀਂ ਸਾਰੇ ਭਰਾ ਇੱਥੇ ਰਹਿ ਰਹੇ ਆ ਆਪਾਂ ਸ਼ਾਂਤੀ ਬਣਾ ਕੇ ਰੱਖਣਾ ਹੈ ਨੰਬਰ 2 ਦੇਖੋ ਕਿਸੇ ਵੀ ਕੌਮ ਚ ਕੋਈ ਇੱਕ ਅਦਾ ਵਿਅਕਤੀ ਜਿਹੜੇ ਨੇ ਦੋ ਵਿਅਕਤੀ ਚਾਰ ਵਿਅਕਤੀ ਉਹਨਾਂ ਨੂੰ बैड 엘ਿਮੈਂਟਸ ਕਹਿੰਦੇ ਆ ਅਸੀਂ ਉਹ ਕਿਸੇ ਕਾਰਨ ਕਰਕੇ ਆ ਜਾਂਦੇ ਨੇ ਸੋ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਡੋਨਟ ਟੇਕ ਇਟ 네ਗੇਟਿਵ ਏ ਦੇਖੋ ਜਿਹੜਾ ਬੰਦਾ ਜਿ ਅੱਜ ਮੈਂ ਕਾਨੂੰਨ ਦੇ ਬਾਰੇ ਜਾ ਕੇ ਬਾਹਰ ਗਲਤ ਬੋਲਦਾ ਕਿਸੇ ਧਰਮ ਬਾਰੇ ਬੋਲਦਾ ਤਾਂ ਡੈਫੀਨਿਟਲੀ ਮੇਰੇ ਤੇ ਵੀ ਕਾਰਵਾਈ ਬਣੇਗੀ ਸੋ ਆਪਾਂ ਸਾਰੇ ਟੇਕ ਜਿਹੜੀ ਹੈ ਉਹ ਮਾਨਯੋਗ ਹਾਈ ਕੋਰਟ ਤੇ ਪੁਲਿਸ ਤੇ ਲਾ ਕੇ ਰੱਖੀਏ ਤੇ ਸ਼ਾਂਤੀ ਬਣਾ ਕੇ ਰੱਖੀਏ ਸੋ ਦੋਸਤੋ ਇਹ ਇੱਕ ਕਲਾਸਿਕ ਐਗਜ਼ਾਮਪਲ ਹੈ ਔਰ ਇਹ ਸੈੱਟ ਕੀਤਾ ਗਿਆ ਹੈ ਇਸ ਨੂੰ ਮਿਸਾਲ ਦੇ ਤੌਰ ਤੇ ਇਸ ਕਰਕੇ ਦੇਖਿਆ ਜਾਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਔਰ ਇੱਕ ਦੂਜੇ ਦੇ ਨਾਲ ਰੰਜਿਸ਼ ਕੱਢਣ ਦੇ ਲਈ ਜਾਂ ਇੱਕ ਦੂਜੇ ਨੂੰ ਥੱਲੇ ਡੇਗਣ ਦੇ ਲਈ ਜਾਂ ਨੀਚਾ ਦਿਖਾਉਣ ਦੇ ਲਈ ਅਸੀਂ ਅਕਸਰ ਦੇਖਦੇ ਹਾਂ ਕਿ ਕੋਈ ਵੀ ਬੰਦਾ ਕਿਸੇ ਸੰਸਥਾ ਦੇ ਨਾਲ ਜੁੜਿਆ ਉਹ ਇੱਕ ਇਹੋ ਜੀ ਸ਼ਬਦਾ ਵਾਲੀ ਵੀਡੀਓ ਪਾ ਦਿੰਦਾ ਉਸ ਤੋਂ ਬਾਅਦ ਜਿਹੜਾ ਹੈਗਾ ਮਾਹੌਲ ਖਰਾਬ ਹੁੰਦਾ ਸੋ ਰਾਹੁਲ ਉਹ ਮੁੰਡਾ ਜਿਸਨੇ ਉਸ ਵਕਤ ਜੋ ਬਿਆਨ ਦਿੱਤੇ ਸੀਗੇ ਅੱਜ ਉਹਦੇ ਖਮਿਆਸੇ ਭੁਗਤਦਾ ਪਿਆ ਔਰ ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਿੱਖ ਲੈਣੀ ਬਹੁਤ ਜ਼ਰੂਰੀ ਹੈ ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਸੀਗੇ ਸੁਖਿੰਦਰ ਮੈਲਨਕੇਸ਼ ਤੇ ਖਰਦਾਨਾ ਸਪੋਕਸਮੈਨ ਦੇ ਨਾਲ